ਪ੍ਰਬੰਧ ਕਮੇਟੀ ਦੇ ਸਤਿਕਾਰਯੋਗ ਹਰਕੀਰਤ ਸਿੰਘ ਜੀ ਚਾਹਲ ਸਾਹਿਬ ਆਸ਼ੀਰਵਾਦ ਦੇ ਰਹੇ ਨੇ ਔਰ ਇੱਕ ਯਾਦਗਰੀ ਫੋਟੋ ਸਾਰੇ ਖਿਡਾਰੀਆਂ ਦੇ ਨਾਲ ਦੂਜੇ ਮੈਚ ਦੀ ਤਿਆਰੀ। ਆਹ ਮੈਚ ਵੀ ਬੜਾ ਘੈਂਟ ਹੋਣਾ ਹੈ, ਗੱਲ ਵੱਖਰੀ ਹੋਊਗੀ ਇਸ ਕਬੱਡੀ ਦੇ ਖੇਡ ਮੇਲੇ ਦੇ ਵਿੱਚ। ਪਹਿਲਾਂ ਤੁਸੀਂ ਇੱਧਰ ਕ੍ਰਿਕਟ ਦੇ ਮੈਚ ਦੇਖੇ ਆ, ਉੱਥੇ ਇਕੱਠ ਹੈ ਨਹੀਂ ਸੀ ਨਾ, ਬਿਲਕੁਲ ਹੀ ਇਕੱਠ ਨਹੀਂ ਸੀ, ਪਰ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ। ਇੱਕ ਸਾਰੇ ਆਪਣੀ ਆਪਣੀ ਮਾਂ ਦੇ ਨਾਂ ਦੀ ਜ਼ੋਰਦਾਰ ਤਾੜੀ ਮਾਰੋ ਸਾਰੇ ਵੀ। ਮਾਂ ਹੁੰਦੀ ਹੈ ਮਾਂ ਹੋਏ ਦੁਨੀਆਂ ਵਾਲਿਓ, ਮਾਂ ਹੈ ਰੱਬ ਦਾ ਨਾਂ ਹੋਏ ਦੁਨੀਆਂ ਵਾਲਿਓ, ਮਾਵਾਂ ਰੱਬ ਰਜਾਈਆਂ, ਮਾਈਆਂ ਰੱਬ ਰਜਾਈਆਂ, ਰੱਬ ਤੋਂ ਪਹਿਲਾਂ ਮਾਂ। ਤੇ ਸਾਡੀ ਮਾਂ ਖੇਡ ਕਬੱਡੀ ਅੱਜ ਬੰਬੇ ਦੇ ਵਿੱਚ ਖੇਡੀ ਜਾ ਰਹੀ ਹੈ, ਪੰਜਾਬੀਆਂ ਨੂੰ ਮਾਣ ਵਾਲੀ ਗੱਲ ਹੈ। ਤੇ ਦੂਸਰਾ ਮੈਚ ਪ੍ਰਧਾਨ ਸਾਹਿਬ, ਗੱਲਾਂ ਵੱਖਰੀਆਂ ਇਸ ਮੈਚ ਦੇ ਵਿੱਚ ਵੀ, ਸਰਦਾਰ ਹਰਕੀਰਤ ਸਿੰਘ ਜੀ ਚਾਹਲ ਸਾਹਿਬ, ਸਦਮ ਪਟੇਲ ਜੀ ਸੈਣੀ ਸਾਹਿਬ ਔਰ ਸਾਡੇ ਆਏ ਹੋਏ ਮਹਿਮਾਨ ਜਿਨ੍ਹਾਂ ਦੇ ਵੱਡੇ ਯੋਗਦਾਨ ਹੈ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ। ਸਰਦਾਰ ਗਿਆਨ ਸਿੰਘ ਜੀ ਪ੍ਰਧਾਨ ਸਾਹਿਬ, ਤਰਸੇਮ ਸਿੰਘ ਜੀ ਜੋ ਜਾਣ ਪਹਿਚਾਣ ਕਰਕੇ ਗਏ ਆ, ਉਹਨਾਂ ਦਾ ਵੀ ਸਵਾਗਤ ਹੈ ਇੱਥੇ ਆਉਣ 'ਤੇ। ਮੈਟ 'ਤੇ ਕਬੱਡੀ ਹੋ ਰਹੀ ਹੈ, ਪਹਿਲਾਂ ਪਿਛਲੇ ਸਾਲ ਜਦੋਂ ਇੱਥੇ ਕਬੱਡੀ ਹੋਈ ਸੀਗੀ ਨਾ, ਸਿਰਫ ਧਰਤੀ 'ਤੇ ਹੋਈ ਸੀਗੀ, ਬੱਟੇ ਜ਼ਿਆਦਾ ਸੀਗੇ ਅਤੇ ਜਹਾਜ਼ 'ਤੇ ਸੱਟ ਲੱਗ ਗਈ ਸੀਗੀ, ਕਾਫੀ ਲੰਬਾ ਸਮਾਂ ਉਹਨੂੰ ਤਕਲੀਫ ਝੱਲਣੀ ਪਈ। ਜਹਾਜ਼ ਕਹਿੰਦਾ ਵੀ ਇਸ ਵਾਰ ਆਪਾਂ ਮੈਟ 'ਤੇ ਕਬੱਡੀ ਖਿਡਾਉਣੀ ਹੈ, ਤਿਆਰੀ ਆ ਵੀ ਜਹਾਜ਼ ਫੁੱਲ ਤਿਆਰੀ ਹੈ, ਚਲੋ ਠੀਕ ਹੈ, ਮਿਹਰ ਹੋਣੀ ਚਾਹੀਦੀ ਹੈ ਸੱਚੇ ਪਾਤਸ਼ਾਹ ਦੀ। ਦੂਸਰੇ ਮੈਚ ਦਾ ਟਾਈਮ ਓਨਾ ਹੀ ਆ ਮੇਰੇ ਜਿੰਨਾ ਪਹਿਲਾਂ ਸੀਗਾ। ਓਕੇ ਦਮਨ ਜੀ, ਟਾਈਮ ਓਨਾ ਹੀ ਹੈ ਜਿੰਨਾ ਪਹਿਲਾਂ ਸੀ। ਦਮਨ ਵੀ ਸਾਡਾ ਵੀਰ ਆਸਟ੍ਰੇਲੀਆ ਦੇ ਵਿੱਚ ਫੁੱਟਬਾਲ ਖੇਡ ਕੇ ਆਇਆ ਹੈ ਅਤੇ ਇੰਡੀਆ ਦੀ ਟੀਮ ਦੀ ਕਪਤਾਨੀ ਕੀਤੀ ਹੈ ਸਾਡੇ ਸਤਿਕਾਰਯੋਗ ਵੀਰ ਨੇ। ਅਤੇ ਵਿਦੇਸ਼ਾ ਕਹਿੰਦਾ ਇਸ ਸਾਲ ਮੈਂ ਯੂਰਪ ਜਾਣਾ ਵੇਟ ਲਿਫਟਰ ਦੇ ਵਿੱਚ, ਕਿਉਂਕਿ ਇੰਟਰਨੈਸ਼ਨਲ ਪੱਧਰ 'ਤੇ ਜਾ ਰਿਹਾ ਮੁੰਡਾ, ਬੜੇ ਮਾਣ ਵਾਲੀ ਗੱਲ ਹੈ। ਅਤੇ ਗੱਭਰੂ ਸਾਡਾ ਵੀਰ ਉਹ ਕੈਨੇਡਾ ਵਿੱਚ ਜਾ ਵਸਿਆ ਹੈ ਅਤੇ ਲੈਬ ਜੁੜਿਆ ਹੋਇਆ ਹੈ। ਆਓ ਇੱਕ ਪਾਸੇ ਕਹਿੰਦੇ ਪਰਵੇਲ ਤੋਂ ਬਾਅਦ ਜੋ ਦੂਸਰਾ ਮੈਚ ਹੈ ਕਾਲਮ ਬੋਲੀ ਅਤੇ ਰੋਡ ਪਾਲੀ, ਨੰਬਰ ਲਿਖ ਰਿਹਾ ਸਾਡਾ ਵੀਰ, ਕੀ ਨਾਮ ਹੈ, ਹਰਮਨ ਸਿੰਘ। ਲਓ ਪਹਿਲੀ ਕਬੱਡੀ ਜਹਾਜ਼ ਦੀ ਮੇਰੇ ਪੰਜਾਬੀ ਵੀਰੋ, ਜਹਾਜ਼ ਆ ਗਿਆ ਏ, ਪਰ ਮੁੰਡਾ ਦੀਪ ਹੈ, ਇਹ ਰੋੜਪਾਲੀ ਦੀ ਟੀਮ ਦਾ ਦੀਪ, ਤੇ ਸਾਹਮਣੇ ਜਹਾਜ਼ ਕਲਮ ਬੋਲੀ ਵੱਲੋਂ ਆਹ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਜਹਾਜ਼, ਆਓ ਪੁਆਇੰਟ ਰੇਡਰ ਦਾ ਹਰਮਨ ਸਿੰਘ, ਕੁੰਡੀਆਂ ਦੇ ਸਿੰਘ ਫੇਰ ਫਸਣੇ ਹੈ, ਨੰਬਰ ਰੇਡਰ ਦਾ ਹੈ। ਹਰਮਨ ਕਹਿੰਦੇ ਗੱਭਰੂ ਦਾ ਬੜਾ ਪਿਆਰਾ ਮਿੱਤਰ ਹੈ ਤੇ ਉਹ ਸਾਹਮਣੇ ਕਹਿੰਦੇ ਸ਼ਕਤੀ ਕਬੱਡੀ ਪਾ ਰਿਹਾ ਹੈ, ਰੋੜਪਾਲੀ ਦੀ ਟੀਮ ਦਾ ਇਹ ਰੇਡਰ ਸ਼ਕਤੀ ਹੈ, ਸ਼ਕਤੀ ਇੱਕ ਸ਼ਕਤੀਮਾਨ ਬੜਾ ਮਸ਼ਹੂਰ ਹੋਇਆ ਸੀਗਾ, ਸ਼ਕਤੀਮਾਨ ਮੁਕੇਸ਼ ਖੰਨੇ ਨੇ ਬੜਾ ਚੱਕਰਾਂ 'ਚ ਪਾਇਆ ਸੀ ਛੋਟੇ ਛੋਟੇ ਬੱਚਿਆਂ ਨੂੰ। ਉਹ ਸਾਹਮਣੇ ਕਹਿੰਦੇ ਸ਼ਕਤੀ ਕਬੱਡੀ ਪਾ ਰਿਹਾ, ਆਹ ਮੁੰਡਾ ਹੈ ਕੌਣ ਹੈ, ਇਹ ਉਹੀ ਹੈਪੀ ਬਰਥਡੇ ਵਾਲਾ, ਇਹ ਮੈਨੂੰ ਲੱਗਦਾ ਕੱਟਦਾ ਸੀ ਕੇਕ, ਪੁਆਇੰਟ ਜਾਪੀਦਾ ਮੋਨੂ ਨੇ ਜੇ ਫਲ ਆਇਆ, ਮੋਨੂ ਬੜਾ ਪਿਆਰਾ ਵੀਰ ਹੈ। ਅਗਲੀ ਕਬੱਡੀ ਤੂਫਾਨ ਦੀ ਮੈਦਾਨ ਵਿੱਚ ਪੈਣੀ ਹੈ, ਖੇਡ ਮੈਦਾਨ ਦੇ ਵਿੱਚ ਜਰਮਨ, ਇਹ ਹੈ ਜਰਮਨ, ਸੰਗਤ ਨੂੰ ਟੱਚ ਹੈ, ਨੰਬਰ ਰੇਡਰ ਦੇ ਖਾਤੇ। ਕਾਲਮ ਬੋਲੀ ਵਾਲੇ ਉਧਰਲੇ ਪਾਸੇ, ਉਧਰ ਕੀ ਹੋ ਗਿਆ, ਥੋੜ੍ਹਾ ਬੱਚਤ, ਇਹ ਕੰਮ ਯਾਰ ਚੰਗਾ ਨਹੀਂ, ਇਹ ਕੰਮ ਚੰਗਾ ਨਹੀਂ ਵੀਰਿਓ। ਬਾਕੀ ਬੈਠੇ ਰਹੋ ਕੋਈ ਗੱਲ ਨੀ, ਉਹ ਚੌੜ ਕਰਦੇ ਕਰਦੇ ਹੀ ਲੜ ਪਏ, ਬਾਕੀ ਇੱਧਰ ਆ ਜਾਓ ਵੀਰੇ, ਆ ਜਾਓ ਸਾਰੇ ਸਿਆਣੇ ਵੀਰੋ ਯਾਰ, ਕਮਲੇ ਹੋ ਤੁਸੀਂ ਜਿਹੜੇ ਲੜਦੇ ਹੋ, ਬਾਕੀ ਮੇਰੇ ਵੀਰ ਸਾਰੇ ਇੱਧਰ ਆ ਜਾਓ ਬਾਈ, ਕਬੱਡੀ ਵਾਲੇ ਤੁਸੀਂ ਇੱਧਰ ਆ ਜਾਓ, ਹਾਂਜੀ
यार चंगियां गल्लां नहीं थोड़े वास्ते। ओए आ जाओ यार इधर आ जाओ वीर, लड़ना माड़ी गल है तुहाडे वास्ते यार। जदों आपां ही फिर लड़ी गए ते बाकियां नूं फिर बाकी देखण वाले भी इधर आ जाओ, कबड्डी वाले भी इधर आ जाओ। आ दोनों टीमां दे प्लेयर ग्राउंड च आओ जी, हैगे हो आ जाओ यार। इदां गल्लां चंगियां नहीं, इसे करके अपनी सिख कौम पिछे नूं जा रही है। जदों आपस विच लड़दे हो ना फिर दूजिआं नूं मौका मिल जांदा है भाई, यार तां आपस विच ही लड़ी जांदे है। शुरू कराओ जी कबड्डी, इधर आ जाओ। भाई जी बेनती है प्लीज, बाकी प्लेयर आओ जी, मैच शुरू कराओ जी। आज पाओ कबड्डी, इथे बह जा मित्रा तो, संगत नु बेनती है भाई बह जाओ। और यार बाकी तुसी तां आ जाओ, हुण जेहड़े मगर मगर आउंदे आ की है उत्थे, कुछ नहीं होया। आ जाओ इधर सारे आओ मेरे वीर, सियाने बने करो यार। मैं पहला पहला दस के हटिया, मैच शुरू करो, मैच शुरू करो जी, मैच शुरू करो। बाकी आ लो मैच दी कबड्डी पै गई मेरे पंजाबी वीरो। इस वेले संगत रेड पा रहा है, रोड पाली दी टीम दा एक खिलाड़ी इस वेले कबड्डी पाउंदा होया है। सामने कहंदे फिर जफ्फे ते जफ्फा है, आओ सामने जफ्फे ते जफ्फा है, आओ सामने जफे ते जफा। कैंची कैंची पॉइंट जाफी दा, पॉइंट जाफी दा। ओ यार हुण थोड़ी है लड़ पे ठीक है, हुण मुंडे नूं मारना तां नहीं यार तुसीं, होया निबड़े तो जलूस कढ़ी जाने हो। लो सामने यूवी कबड्डी पा रहा है, यह है यूवी इस वेले कबड्डी पाँदा होया है, पर नंबर यूवी के खाते विच जुड़वा होया। बाकी आ जाओ यार कोई गल नहीं, हुई निबड़ी इथों बागियां नूं भी मौका मिल जाता भी ये तो आपस में लड़ी जाते हैं। सिख होने के नाते मेरा फर्ज है थानू कहण दा है, पर सियाने बनो मेरे वीर, होया सो होया है। बेनती है भरावां नूं सारिआं नूं प्लीज आओ सामने, कहिंदे कबड्डी दा जफ्फा लगदा होया शक्ति दी रेड ते जफ्फा जाफी दा है। मोनू पा कबड्डी,
गोपी रियाड ओए आ जाओ भाई, बाकी आ जाओ इधर, कुछ नहीं होया, माड़िया मोटिया पंजाबी कर ही जांदे, पता नहीं लगता इन्हे बिना भी पंजाबी है गए इत्थे। ਸਾਡੀਆਂ ਪਿਆਰੀਆਂ ਬੱਚੀਆਂ ਪਹੁੰਚੀਆਂ ਨੇ ਗੁਰਸ਼ਰਨ ਤੇ ਮਨ ਰੂਪ, ਕਿਆ ਬਾਤਾਂ ਨੇ। ਆਓ ਮੈਚ ਵੇਖਦੇ ਹਾਂ ਆਪਾਂ ਸਾਹਮਣੇ, ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ। ਉਹ ਬਹਿ ਜਾਓ ਮੁੰਡੇ, ਉਹ ਬਹਿ ਜਾਓ, ਇੱਧਰ ਦੇਖੋ ਕਬੱਡੀ ਹੁੰਦੀ ਹੈ, ਸਾਨਾ ਵਾਲਾ ਭੇੜ ਇਹਨੂੰ ਕਹਿੰਦੇ ਹੈ। ਇਸ ਵੇਲੇ ਫਿਰ ਰੇਡ ਪੈਂਦੀ ਹੈ, ਇੱਕ ਪਾਸੇ ਦੀਪ, ਸਾਡੇ ਦਰਮਿਆਨ ਐਮ ਐਸ ਸਟੂਡੀਓ ਵਾਲੇ ਵੀਰ ਆਏ ਹੈ, ਔਰ ਸਾਡੇ ਦੀਪ ਸਟੂਡੀਓ ਵੀ ਫੋਟੋਆਂ ਖਿੱਚ ਰਿਹਾ, ਬੜੇ ਫੇਮਸ ਕੈਮਰੇ ਵਾਲੇ ਸਟੂਡੀਓ ਵਾਲੇ ਵੀਰ ਆਏ ਹੈ। ਆਓ ਸਾਹਮਣੇ ਮਨੂ ਦੀ ਰੇਡ, ਇਹ ਆ ਮੰਨਾ, ਮੋਨੂ ਪੁਆਇੰਟ ਲੈ ਕੇ ਵਾਪਸ ਚਲਾ ਗਿਆ। ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ, ਖੇਡੀ ਜਾਂਦੀ ਹੈ ਲਾ ਕੇ ਪੂਰਾ ਤਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਸ਼ਕਤੀ ਦੀ ਕਬੱਡੀ ਪੈਂਦੀ ਹੈ, ਇਹ ਸ਼ਕਤੀ ਹੈ। ਇਸ ਸਮੇਂ ਜਹਾਜ਼ ਕੋਸ਼ਿਸ਼ ਕਰਦਾ ਹੋਇਆ ਜੁਗਰਾਜ ਸਿੰਘ ਜਹਾਜ਼, ਪਰ ਨੰਬਰ ਰੇਡਰ ਦਾ ਜੂਵੀ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਅਗਲਾ ਮੈਚ ਦੋਨੇ ਟੀਮਾਂ ਨੂੰ ਬੇਨਤੀ ਕਰਾਂਗਾ, ਪਲੀਜ਼ ਰਜਿੰਦਰ ਸ਼ਰਮਾ ਜੀ ਔਰ ਰਮੇਸ਼ ਗੋਦਰਾ ਜੀ ਸਾਡੇ ਮਹਿਮਾਨ ਆਏ ਆ। ਰਜਿੰਦਰ ਸ਼ਰਮਾ ਜੀ, ਰਮੇਸ਼ ਗੋਦਰਾ ਜੀ ਸਾਡੇ ਦਰਮਿਆਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਆ, ਅਸੀਂ ਵੈਲਕਮ ਕਰਦੇ ਹਾਂ, ਜੀਆਂ ਨੂੰ ਆਖਦੇ ਹਾਂ ਰਜਿੰਦਰ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਰਮੇਸ਼ ਗੋਦਰਾ ਜੀ, ਵੈਲਕਮ ਹੈ, ਇੱਥੇ ਆਉਣ 'ਤੇ ਵੱਡਾ ਸਵਾਗਤ। ਆਓ ਸਾਹਮਣੇ ਅਗਲੀ ਕਬੱਡੀ, ਮੁੰਡਾ ਹੈ ਫਿਰ ਤਿਆਰ ਪਰ ਤਿਆਰ, ਰੋੜਪਾਲੀ ਦੀ ਟੀਮ ਦਾ ਇਹ ਖਿਡਾਰੀ ਸਾਹਮਣੇ, ਅੰਕਿਤ ਜੋ ਗੱਭਰੂ ਦੀ ਜਿੰਮ ਸਾਂਭਦਾ ਹੈ, ਵੱਡੀਆਂ ਜ਼ਿੰਮੇਵਾਰੀਆਂ ਹੈ ਕਿਉਂਕਿ ਗੱਭਰੂ ਕੈਨੇਡਾ ਚਲਾ ਗਿਆ ਅਤੇ ਹੁਣ ਜਿੰਮ ਕਹਿੰਦੇ ਅੰਕਿਤ ਚਲਾਉਂਦਾ ਹੈ। ਯੂਵੀ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਗੱਭਰੂ ਹੈ, ਯੂਵੀ ਕਹਿੰਦੇ ਇਸ ਨੌਜਵਾਨ ਨੂੰ, ਪਰ ਕੀ ਇਸ਼ਾਰਾ ਹੈ ਯੂਵੀ ਸ਼ਰਮਾ ਜੀ, ਮੁੰਡਾ ਪੰਡਤਾਂ ਦਾ ਕਬੱਡੀ ਖੇਡ ਰਿਹਾ ਕਿ ਬੰਨੇ ਜੱਟ ਨਾ ਛੇੜੀਏ ਹੱਟੀ ਵਿੱਚ ਕਰਾੜ, ਰਹੀਏ ਦੂਰ ਬਾਹਮਣ ਦੇ ਪੁੱਤ ਤੋਂ ਜਦੋਂ ਉਤਰੇ ਹੁਣ ਸਰਾਦ, ਇਹ ਗੱਲਾਂ ਸੱਚੀਆਂ ਨੇ। ਦੀਪ ਦੀ ਰੇਡ ਮੈਦਾਨ ਦੇ ਵਿੱਚ ਪੈ ਰਹੀ ਹੈ, ਦੀਪ ਆ ਗਿਆ ਹੈ, ਦੀਪ ਟੱਚ ਲੱਗ ਗਿਆ ਨੰਬਰ ਰੇਡਰ ਦੇ ਇਸੇ ਤੂਫਾਨ। ਜਰਮਨ ਦੀ ਕਬੱਡੀ ਤੇ ਸੰਗਤ ਕੋਸ਼ਿਸ਼ ਕਰਦਾ ਹੈ ਸੰਗਤ ਪੁਆਇੰਟ। ਅਗਲੀਆਂ ਟੀਮਾਂ ਜੀ, ਅਗਲਾ ਮੈਚ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਜੀ। ਵਿਦੇਸ਼ਾ ਕਿਹੜੀਆਂ ਕਿਹੜੀਆਂ ਦਾ ਮੈਚ ਆ, ਖਾਰਗੜ ਤੇ GTP, ਅੱਧਾ ਸਮਾਂ ਹੋ ਗਿਆ, ਖਾਰਗੜ ਤੇ GTP ਗਰਾਊਂਡ ਦੇ ਵਿੱਚ ਆ ਜਾਣ ਦੋਨੇ ਟੀਮਾਂ ਨੂੰ ਸਾਡੀ ਬੇਨਤੀ ਹੈ। ਇਸੇ ਤਰ੍ਹਾਂ 28 ਤੇ 29 ਫਰਵਰੀ ਨੂੰ CDB ਦੇ ਵਿੱਚ ਮੇਲਾ ਹੋਣ ਜਾ ਰਿਹਾ ਹੈ, ਵੱਡੇ ਮੈਚ ਹੋਣਗੇ ਉੱਥੇ ਵੀ, ਕਹਿੰਦੇ ਕੁੰਡੀਆਂ ਦੇ ਸਿੰਘ ਫਸਣਗੇ। ਪਾਣੀ ਦਿਓ ਜੀ ਗਰਾਊਂਡ ਦੇ ਵਿੱਚ, ਇੱਕ ਯਾਰ ਬੇਨਤੀ ਹੈ ਹੈ ਨਾ, ਤੁਹਾਡੀਆਂ ਮਾੜਾ ਮੋਟਾ ਝਗੜਾ ਆਸੇ ਪਾਸੇ ਹੋਇਆ ਹੁੰਦਾ ਹੈ, ਇਹ ਮੇਲੇ ਹੁੰਦੇ ਆਪਾਂ ਨੂੰ ਇਕੱਠੇ ਕਰਨ ਦੇ ਵਾਸਤੇ, ਆਪਾਂ ਇਹ ਮੇਲੇ ਕਰਵਾਉਣੇ ਹੈ, ਕੋਈ ਸਮਾਗਮ ਕਰਾਉਣੇ ਹੈ, ਗੁਰਦੁਆਰਾ ਸਾਹਿਬ ਹੋ ਗਿਆ ਜਾਂ ਕਬੱਡੀ ਕਰਾਉਣੇ ਹੈ, ਇਹ ਜਦੋਂ ਵੀ ਤੁਸੀਂ ਆਸੇ ਪਾਸੇ ਜਿਹੜੀਆਂ ਗੱਲਾਂ ਉੱਥੇ ਹੀ ਛੱਡਿਆ ਕਰੋ ਯਾਰ, ਇੱਥੇ ਏਕਤਾ ਦਿਖਾਇਆ ਕਰੋ, ਆਪਸ ਵਿੱਚ ਜੋ ਮਰਜ਼ੀ ਬਾਹਰ ਕਰੀ ਜਾਇਆ ਕਰੋ, ਪਰ ਲੋਕਾਂ ਸਾਹਮਣੇ ਆਪਣਾ ਜਲੂਸ ਨਾ ਕੱਢਿਆ ਕਰੋ। ਸਿੱਖ ਕੌਮ ਇੱਕ ਬਹਾਦਰ ਕੌਮ ਹੈ, ਠੀਕ ਹੈ ਨਾ, ਪਰ ਆਪਾਂ ਮੇਲਿਆਂ 'ਤੇ ਜਾ ਕੇ ਨਾ ਹੀ ਲੜਿਆ ਕਰੀਏ, ਬੈਠ ਕੇ
ਮਸਲੇ ਸੁਲਝਾ ਲਿਆ ਕਰੀਏ। ਬੇਨਤੀ ਆ ਤੁਹਾਨੂੰ ਸਾਰੇ ਵੀਰਾਂ ਨੂੰ, ਮਾੜੀ ਮੋਟੀ ਗੱਲਬਾਤ ਉਨੀ ਇੱਕੀ ਹੁੰਦੀ ਰਹਿੰਦੀ ਹੈ ਨਾ, ਬੈਠ ਕੇ ਸੁਲਝਾ ਲਿਆ ਕਰੋ ਯਾਰ। ਅੱਧੇ ਸਮੇਂ ਤੋਂ ਬਾਅਦ ਫਿਰ ਕਬੱਡੀ ਹੈ, ਅੱਧੇ ਸਮੇਂ ਤੋਂ ਬਾਅਦ ਫਿਰ ਰੇਡ ਪੈਣ ਲੱਗੀ ਹੈ। ਬੰਬੇ ਵਾਲੇ ਵੀਰਾਂ ਨੇ ਅੱਜ ਕਸਰਾਂ ਹੀ ਕੱਢਤੀਆਂ ਕਬੱਡੀ, ਕਹਿੰਦੇ ਬੰਬੇ ਦੇ ਵਿੱਚ ਪੰਜਾਬ ਦੀ ਤਰ੍ਹਾਂ ਹੋਣ ਲੱਗੀ ਹੈ, ਪਹਿਲਾਂ ਅਮਰੀਕਾ ਕੈਨੇਡਾ, ਫਿਰ ਕਹਿੰਦੇ ਵੱਖ ਵੱਖ ਦੇਸ਼ਾਂ ਦੇ ਵਿੱਚ, ਭਾਰਤ ਤੋਂ ਵੱਖ ਵੱਖ ਦੇਸ਼ਾਂ ਵਿੱਚ ਵੀ ਕਹਿੰਦੇ ਕਬੱਡੀ ਹੁੰਦੀ ਸੀ। ਬੰਬੇ ਦੇ ਵਿੱਚ ਹੁਣ ਵੱਖਰੀਆਂ ਪੈਣਾ ਪਾਤੀਆਂ ਹੈ, ਬਈ ਆਏ ਸਾਲ ਵੱਡੇ ਮੇਲੇ ਹੁੰਦੇ ਆ ਕਬੱਡੀ ਦੇ, ਆਓ ਸਾਹਮਣੇ ਕਹਿੰਦੇ ਮੁੰਡਾ ਅੰਗਦ, ਇੱਕ ਪਾਸੇ ਦੀਪ, ਹੁਣ ਪੇਚਾ ਪੈਣਾ ਹੈ। ਪਰ ਦੀਪ ਤੇ ਦੀਪ ਹੈ, ਭਰਮਾ ਜੁੱਸਾ ਮੁੰਡਾ ਪੁਆਇੰਟ ਲੈ ਕੇ ਵਾਪਸ, ਹੀਰਾ ਆ ਗਿਆ ਪਾਸੇ ਬਦਲੇ ਗਏ, ਇੱਧਰ ਕਲਮ ਬੋਲੀ ਆ ਗਈ ਹੈ, ਦੂਜੇ ਪਾਸੇ ਰੋਡ ਪਾਲੀ ਦੀ ਟੀਮ ਹੈ। ਹੁਣ ਵੇਖਦੇ ਹਾਂ ਮੈਦਾਨ ਵਿੱਚ, ਇਹ ਗੱਭਰੂ ਕਹਿੰਦੇ ਮੈਦਾਨ ਦੇ ਵਿੱਚ ਰੇਡ ਹੀਰਾ ਪਾ ਰਿਹਾ ਹੈ। ਆਓ ਸਾਹਮਣੇ ਗੋਪੀ ਹੈ, ਮੁੰਡਾ ਨਿਊਜ਼ੀਲੈਂਡ ਦੇ ਵਿੱਚ ਵੀ ਗਿਆ ਹੈ, ਇੱਕ ਪਾਸੇ ਗੋਪੀ ਤੇ ਆ ਹੀਰਾ ਪੁਆਇੰਟ ਲੈ ਕੇ ਵਾਪਸ ਆ ਗਿਆ। ਸੰਗਤ ਆ ਗਿਆ ਕਬੱਡੀ ਪਾਉਣ ਦੇ ਲਈ, ਬੜਾ ਤੇਜ਼ ਖਿਡਾਰੀ ਹੈ ਸੰਗਤ ਦੀ ਕਬੱਡੀ ਤੇ ਕਿਹੜਾ ਜਾਫੀ, ਇਹ ਅੰਗਦ ਹੈ। ਲੈ ਵੀ ਅੰਗਦ ਕੁਛ ਕਰਨਾ ਪੈਣਾ ਹੈ, ਕੁਛ ਕਰਨਾ ਪੈਣਾ ਹੈ, ਉਧਰ ਟਾਈਮ ਬੀਤਦਾ ਹੋਇਆ ਹੈ, ਪਰ ਸੰਗਤ ਤੇ, ਸੰਗਤ ਤੇ ਅੰਗਤ, ਅੰਗਦ ਤੇ ਸੰਗਤ। ਅਗਲੀ ਕਬੱਡੀ ਮੰਨੇ ਦੀ ਹੈ, ਮੰਨਾ ਰੈਪਰ ਕਬੱਡੀ ਪਾ ਰਿਹਾ ਹੈ। ਪੁਆਇੰਟ ਰੇਡਰ ਦੇ ਹਿੱਸੇ, ਆਓ ਜੀ। ਥੈਂਕ ਯੂ, ਅੱਜ ਦੇ ਵੱਡੇ ਮੇਲੇ ਤੇ ਪਹੁੰਚੇ ਸਾਰੇ ਕੈਮਰੇ ਵਾਲੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਹਰਪਿੰਦਰ ਵੀਰ ਜੀ ਹੋਣਾ ਵੱਲੋਂ, ਕਿਉਂਕਿ ਪਿਆਰ ਹੈ ਵੀਰ ਜੀ ਦਾ, ਹਰ ਇੱਕ ਦੇ ਨਾਲ ਬੜਾ ਪਿਆਰ ਰੱਖਦੇ ਨੇ। ਆਓ ਸ਼ਰਮਾ, ਆਓ ਪੰਡਤਾ ਦਾ ਮੁੰਡਾ, ਆਓ ਵੇਖੀ ਕਿਤੇ ਨੌਜਵਾਨ ਹੈ, ਇਹ ਜੂਵੀ ਸ਼ਰਮਾ ਹੈ, ਦੂਸਰੇ ਪਾਸੇ ਰੇਡ। ਮੈਨੂੰ ਲੱਗਦਾ ਗੱਭਰੂ ਜ਼ੋਰ ਬੜਾ ਲਾ ਰਿਹਾ ਹੈ, ਕਬੱਡੀ 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 ਕਬੱਡੀ, ਵਾਹ ਓਏ ਪੰਡਤਾ, ਸਿਰਾ ਹੀ ਕਰਾਤਾ ਮੁੰਡੇ ਨੇ, ਜੱਫਾ ਲਾਤਾ। ਇਹ ਪੰਡਤ ਕਬੱਡੀ ਬਹੁਤ ਸੋਹਣੀ ਖੇਡਦੇ ਆ ਜੀ, ਦੇਵੀ ਦਿਆਲ ਸ਼ਰਮਾ, ਠੀਕ ਹੈ, ਬੜੀ ਤਕੜੀ ਕਬੱਡੀ ਖੇਡੀ ਉਹਨਾਂ ਨੇ, ਉਹ ਵੀ ਪੰਡਤਾਂ ਦਾ ਮੁੰਡਾ ਸੀਗਾ। ਹੋਰ ਕੇਵਲ ਸ਼ਰਮੇ ਹੋਣੀ, ਉੱਧਰ ਦੁਆਬੇ ਵਿੱਚ, ਮਾਝੇ ਵਿੱਚ ਵੀ ਕਈ ਪੰਡਤਾਂ ਦੇ ਮੁੰਡੇ ਤਕੜੀ ਕਬੱਡੀ ਖੇਡੀ ਹੈ ਜਿਹਨਾਂ ਨੇ, ਔਰ ਸਾਡੇ ਰਜਿੰਦਰ ਸ਼ਰਮਾ ਜੀ ਵੀ ਬੜੀ ਸਪੋਰਟ ਕਰਦੇ ਹੈ, ਕਬੱਡੀ ਨੂੰ ਬੜਾ ਪਿਆਰ ਕਰਦੇ ਹੈ। ਆਓ ਸਾਹਮਣੇ ਅਗਲੀ ਕਬੱਡੀ, ਦੀਪ ਜਗਰੂਪ, ਏ ਹੁਣ ਇਦੂ ਕਹਾ ਕਿ ਕੋਠੇ ਤੇ ਚੜ੍ਹਨਾ ਸੀਗਾ, ਜੀ ਟੀ ਪੀ ਵਰਸਸ ਖਾਰਗਰ, ਆ ਜਾਓ ਅਗਲੇ ਮੈਚ ਦੀਆਂ, ਕਿ ਗੁੱਦੀ ਚੱਕ ਲਸਣ ਰੱਖਿਆ ਜਾ ਰਿਹਾ, ਪੈਰ ਖਾਲੇ ਪਖੜੇ ਨੇ, ਪੰਜਾਬ ਦੀਆਂ ਲੋਕ ਬੋਲੀਆਂ ਬੜੀਆਂ ਮਸ਼ਹੂਰ ਹੋਈਆਂ। ਆਓ ਸਾਹਮਣੇ ਰੈਪਰ ਕਬੱਡੀ ਪਾ ਰਿਹਾ ਹੈ, ਇਹ ਮੰਨਾ ਹੈ ਕਬੱਡੀ ਕਬੱਡੀ ਕਰਦਾ ਹੋਇਆ ਗੱਭਰੂ, ਇੱਕ ਪਾਸੇ ਚਾਰ ਜਾਫੀਆਂ ਦੇ ਵਿਚਕਾਰ ਸ਼ਕਤੀ ਦੇ ਨਾਲ ਮੁਕਾਬਲਾ ਹੋਇਆ ਹੈ, ਪਰ ਨੰਬਰ ਰੇਡਰ ਦਾ ਹੈ। ਆ ਵੀ ਨੌਜਵਾਨਾਂ ਪਾ ਅਗਲੀ ਕਬੱਡੀ, ਲੈ ਵੀ ਵਿਦੇਸ਼ੀ ਵੀਰ ਕਹਿ ਆਪਣੀ ਦੂਜੀ ਟੀਮ ਨੂੰ ਵੀ ਜਲਦੀ ਸਮਾਂ ਨਾ ਲਾਓ, ਕਿਉਂਕਿ ਆਪਾਂ ਟਾਈਮ ਨਾਲ ਮੈਚ ਜਿਹੜੇ ਸਮਾਪਤ ਕਰਨੇ ਹੈ। ਆਓ ਸਾਹਮਣੇ ਦੇਖਦੇ ਹਾਂ, ਇੱਕ ਪਾਸੇ ਨੌਜਵਾਨ ਨੇ ਫਿਰ ਕਮਾਲ ਕਰ ਦਿੱਤੀ ਹੈ, ਇਹ ਜਾਫੀ ਕਾਲਮ ਬੋਲੀ ਦੀ ਟੀਮ ਦਾ ਬੜਾ ਵਧੀਆ ਜਾਫੀ ਹੈ। ਇਸ ਵੇਲੇ ਪੁਆਇੰਟ ਜਾਫੀ ਦਾ ਹੋ ਚੁੱਕਿਆ ਹੈ, ਖਾਰਗਰ ਤੇ ਜੀ ਟੀ ਬੀ ਇਹਨਾਂ ਦਾ ਅਗਲਾ ਮੈਚ ਹੈ, ਉਹਨਾਂ ਦਾ ਇੱਕ ਪਲੇਅਰ ਸਾਡੇ ਨਾਲ ਸੰਪਰਕ ਕਰੇ, ਜੀ ਟੀ ਬੀ ਵਾਲਿਆਂ ਦਾ ਬੇਨਤੀ ਹੈ, ਜੇ ਕੋਈ ਟੀਮ ਉਹਨਾਂ ਦੀ ਆਈ ਹੈ ਤਾਂ ਸਾਡੇ ਨਾਲ ਸੰਪਰਕ ਕਰੇ, ਜੀ ਟੀ ਬੀ ਵਾਲਿਆਂ ਦਾ ਇੱਕ ਪਲੇਅਰ ਸਾਡੇ ਨਾਲ ਸੰਪਰਕ ਕਰੇ। ਫੜਦਾ ਸੀ ਕਿ ਭਜਾਉਂਦਾ ਸੀ ਗੋਪੀ, ਮੈਨੂੰ ਲੱਗਿਆ ਭਜਾ ਤਾਂ ਫੜਿਆ ਨਹੀਂ ਮੁੰਡੇ ਨੇ, ਸ਼ਕਤੀ ਦੀ ਕਬੱਡੀ ਪੈ ਰਹੀ ਹੈ। ਅੰਗਦ ਕਿਆ ਬਾਤਾਂ ਨੇ, ਆਓ ਸਾਹਮਣੇ ਇਸ ਵੇਲੇ ਅੰਗਦ,
ਏ ਮੈਨੂੰ ਲੱਗਦਾ ਅੰਗਦ ਆਹ ਨਾਪਲਿਆ ਬਗਾਨੇ ਪੁੱਤ ਨੇ। ਕਿਆ ਬਾਤ ਹੈ, ਜਿਹੜੇ ਇੱਥੇ ਮੈਚ ਹੋ ਗਏ ਨਾ ਇਹ ਵਰਲਡ ਕੱਪ ਨਾਲੋਂ ਘੱਟ ਨਹੀਂ। ਜੇ ਮੈਚ ਜਿਹਨੂੰ ਜਿਹਨੂੰ ਸੱਚੇ ਦਿਲੋਂ ਪਿਆਰ ਆਉਂਦਾ ਨਾ ਕਬੱਡੀ ਦਾ ਖਿਡਾਰੀ ਨੂੰ ਵਧੀਆ ਲੱਗਦੇ ਆ ਮੈਚ, ਉਹ ਤਾੜੀ ਵੱਡੀ ਸਾਰੀ ਮਾਰ ਦਿਓ ਸਾਰੇ ਵੀਰ। ਕਿਆ ਬਾਤ ਹੈ, ਜਿਨ੍ਹਾਂ ਨੇ ਤਾੜੀਆਂ ਮਾਰੀਆਂ ਬਾਈ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਤਾੜੀ ਨਹੀਂ ਮਾਰੀ ਉਹਨਾਂ ਦਾ ਦੁੱਗਣਾ ਧੰਨਵਾਦ ਹੈ ਸਾਡੇ ਵੱਲੋਂ। ਆਓ ਫਿਰ ਹੱਸਣ ਖੇਡਣ ਦੀਆਂ ਗੱਲਾਂ ਦੇ, ਇਹ ਮੁੰਡਾ ਸੰਗਤ ਕੋਸ਼ਿਸ਼ ਕਰ ਰਿਹਾ ਹੈ, ਹੀਰਾ ਨੰਬਰ ਲੈ ਕੇ ਵਾਪਸ ਆਇਆ ਹੈ। ਅਗਲੀ ਰੇਡ ਇਹ ਦੀਪ ਹੈ ਨੌਜਵਾਨ ਗੁਰਦੀਪ ਸਿੰਘ, ਕਹਿੰਦੇ ਦੀਪ ਕਬੱਡੀ ਪਾ ਰਿਹਾ ਹੈ, ਸਿੱਖੀ ਵੀ ਕਾਇਮ ਹੈ, ਗੁਰੂਆਂ ਸਾਨੂੰ ਦਿੱਤਾ ਇਹ ਵਰਦਾਨ ਕਬੱਡੀ ਦਾ, ਪੂਜਣ ਯੋਗ ਹੁੰਦਾ ਕੰਗ ਮੈਦਾਨ ਕਬੱਡੀ ਦਾ, ਹਰ ਮਾਂ ਦੇ ਦਿਲ ਦੀ ਇਹੀ ਇੱਛਾ ਹੈ ਕਿ ਹੁਣ ਮੇਰਾ ਪੁੱਤ ਵੀ ਬਣ ਜੇ ਕਪਤਾਨ ਕਬੱਡੀ ਦਾ। ਇਹ ਦੀਪ ਹੈ, ਸਾਹਮਣੇ ਮੋਨੂ ਹੈ, ਮੋਨੂ ਵੀ ਕਹਿੰਦੇ ਬੜਾ ਵਧੀਆ ਖਿਡਾਰੀ ਹੈ ਕਾਲਮ ਬੋਲੀ ਟੀਮ ਦਾ। ਆ ਕੀ ਮੈਨੂੰ ਆ ਕੀ ਸੀਗਾ ਕਿ ਪਿਕਚਰ ਤਾਂ ਬਾਕੀ ਹੈ, ਡੀਜਰ ਹੀ ਦੇਖਿਆ ਮੋਨੂ। ਚੱਲ ਵੀ ਜਵਾਨਾ, ਜੀ ਟੀ ਬੀ ਵਰਸਿਜ਼ ਖਾਰਗੜ੍ਹ ਦਾ ਅਗਲਾ ਮੈਚ ਹੋਣਾ ਹੈ, ਦੋਨੇ ਟੀਮਾਂ ਆ ਜਾਣਗੀਆਂ। ਜਹਾਜ਼ ਆ ਗਿਆ, ਯੁਵਰਾਜ ਸਿੰਘ ਜਹਾਜ਼, ਚਲੋ ਇਹ ਨੌਜਵਾਨ ਪਾ ਸ਼ਕਤੀ ਅਗਲੀ ਕਬੱਡੀ। ਇਹ ਪੰਜਾਬੀਆਂ ਦੀ ਮੌਤ ਨੂੰ ਮਖੌਲਾ ਕਰਨ ਵਾਲੀ ਕੌਮ ਹੈ ਕਿ ਝੁਕਦੀ ਹੈ ਦੁਨੀਆ, ਝੁਕਾਉਣ ਵਾਲਾ ਚਾਹੀਦਾ ਹੈ, ਵੈਰੀਆਂ ਦੇ ਗਲ ਨੱਥ ਪਾਉਣ ਵਾਲਾ ਚਾਹੀਦਾ ਹੈ। ਉਹ ਬਾਬੇ ਦੀਪ ਸਿੰਘ ਵਾਂਗੂ ਖੰਡਾ ਲੈ ਕੇ ਕੋਈ ਨਹੀਂ ਲੜਿਆ, ਮਾਰ ਖੰਡਾ ਵੈਰੀ ਨੂੰ ਮੁਕਾਉਣ ਵਾਲਾ ਚਾਹੀਦਾ ਹੈ। ਅਮਰਗੜ੍ਹ ਵਾਲਿਆ ਹਾਲਾਤ ਮਾੜੇ ਆ ਗਏ, ਸਿੱਖ ਪੰਥ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਚਾਹੀਦਾ ਹੈ। ਜਿਹੜੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪਿਆਰ ਕਰਦੇ ਆ ਨਾ ਦਿਲੋਂ, ਉਹ ਜਕਾਰਾ ਲਾਉਣਗੇ ਬੋਲੇ ਸੋਰਿਆਲ। ਕਿਆ ਬਾਤਾਂ ਨੇ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਜਿਨ੍ਹਾਂ ਦੀਆਂ ਗੱਲਾਂ ਪੂਰੀ ਦੁਨੀਆ ਵਿੱਚ ਹੋ ਰਹੀਆਂ ਨੇ। ਇਹ ਅਣਖੀਆਂ ਦੀ ਮੇਰੇ ਵੀਰੋ ਕੌਮ ਹੈ, ਇਹ ਅਣਖੀ ਕੌਮ ਹੈ ਜਿਹੜੀ ਵੱਖ ਵੱਖ ਦੇਸ਼ਾਂ ਵਿੱਚ, ਵੱਖ ਵੱਖ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਵੱਡੀਆਂ ਗੱਲਾਂ ਕਰਵਾਉਂਦੀ ਹੈ। ਉੱਧਰ ਸਾਡੇ ਦਲ ਬਾਬਾ ਵਿਧੀ ਚੰਦ ਜੀ ਖਾਲਸਾ ਛਾਉਣੀ ਪਿੰਡ ਡਕਾਲੇ ਵਾਲੇ ਸਿੰਘਾਂ ਵੱਲੋਂ ਜਲ ਦੀ ਸੇਵਾ ਤੇ ਨਾਲ ਚਾਹ ਦੀ ਸੇਵਾ ਤੇ ਨਾਲ ਪਲਾਓ ਦੀ ਸੇਵਾ ਕੀਤੀ ਜਾ ਰਹੀ ਹੈ। ਜਿਹੜੇ ਜਿਹੜੇ ਵੀਰਾਂ ਦੇ ਸ਼ਗਨ ਹੈ ਉਹ ਜ਼ਰੂਰ ਛਕ ਸਕਦੇ ਆ। ਮੇਰੇ ਵੀਰ ਬੇਨਤੀ ਹੈ ਸਾਰੀ ਸੰਗਤ ਨੂੰ, ਸਾਡੇ ਸਤਿਕਾਰਯੋਗ ਬਾਈ ਜੱਸੇ ਉਹਨਾਂ ਦੇ ਵੱਲੋਂ, ਜੱਸਾ ਸਿੰਘ ਉਹਨਾਂ ਦੇ ਵੱਲੋਂ, ਉਹਨਾਂ ਦੇ ਸਤਿਕਾਰਯੋਗ ਵੀਰਾਂ ਵੱਲੋਂ, ਇਹ ਸੇਵਾਦਾਰਾਂ ਵੱਲੋਂ, ਕਿਉਂਕਿ ਬਾਬਾ ਦਲ ਬਾਬਾ ਵਿਧੀ ਚੰਦ ਜੀ, ਬਾਬਾ ਅਵਤਾਰ ਸਿੰਘ ਜੀ ਜੋ ਕਿ ਵਿਸ਼ੇਸ਼ ਤੌਰ 'ਤੇ ਆਉਂਦੇ ਨੇ ਹਰ ਸਾਲ ਦੀ ਤਰ੍ਹਾਂ, ਸਾਡੇ ਸਤਿਕਾਰਯੋਗ ਬਾਈ ਹਰਪਿੰਦਰ ਵੀਰ ਜੀ ਦੇ ਬੜੇ ਹੀ ਪਿਆਰੇ ਮਿੱਤਰ, ਹਮਾਰੇ ਹਰਪਿੰਦਰ ਵੀਰ ਜੀ ਕੇ ਬੜੇ ਪਿਆਰੇ ਦੋਸਤ, ਬੜੇ ਪਿਆਰੇ ਫਰੈਂਡ, ਲਵਲੀ ਫਰੈਂਡ, ਉਹ ਜਿਹੜੇ ਆਏ ਨੇ ਜੋ ਪਹੁੰਚੇ ਆ ਯਹਾਂ ਪੇ, ਤਸੀਮ ਖਾਨ ਜੀ ਔਰ ਮੈਡਮ, ਮੈਡਮ ਰੁਬੀਨਾ ਜੀ, ਵੈਲਕਮ ਹੈ, ਕਮ ਔਨ ਦਾ ਸਟੇਜ ਪਲੀਜ਼ ਮੈਡਮ ਰਵੀਨਾ ਜੀ, ਬੈਠੇ ਹੋ, ਥੈਂਕਸ ਇੱਥੇ ਆਉਣ ਤੇ। ਯਹਾਂ ਪੇ ਆਨੇ ਕੇ ਲੀਏ ਆਪਕਾ ਬਹੁਤ ਬਹੁਤ ਸਵਾਗਤ ਹੈ ਹਰਪਿੰਦਰ ਵੀਰ ਜੀ ਕੀ ਤਰਫ ਸੇ, ਥੈਂਕਸ। ਆਓ ਵੇਖੋ ਸਾਹਮਣੇ ਕਬੱਡੀ ਪੈਂਦੀ ਹੈ, ਮੋਨੂ ਆ ਗਿਆ ਹੈ, ਮੋਨੂ ਆ ਗਿਆ ਹੈ ਕਬੱਡੀ। ਏਦਾਂ ਹੱਸਦੇ ਖੇਡਦੇ ਰਿਹਾ ਕਰੋ, ਪਤਾ ਨਹੀਂ ਕਦੋਂ ਹਵਾ ਨਿਕਲ ਜਾਣੀ ਹੈ, ਜਿੰਦ ਪਾਣੀ ਦਾ ਬੁਲਬੁਲਾ। ਮਿੱਤਰੋ ਗੱਲ ਸਹੀ ਹੈ ਬਾਈ ਕਿ ਹੱਸ ਖੇਡ ਦਿਨ ਕੱਟਿਆ ਕਰ ਲੈ, ਕੌੜਾ ਘੁੱਟ ਸਬਰਾਂ ਦਾ ਭਰ ਲੈ, ਦੋ ਕਹਿਲਾ ਦੋ ਸਾਡੀਆਂ ਜਰ ਲੈ, ਹੋਰ ਕੀ ਚਾਰਾ ਹੋਵੇ, ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਹੋਵੇ, ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਹੋਵੇ। ਇੱਕ ਵਾਰੀ ਜਦੋਂ ਨਬਜ ਖਲੋਗੀ, ਚੱਕ ਲਓ ਜੱਗ ਤੋਂ ਹੋ ਗਈ, ਫਿਰ ਕਹਿਣਗੇ ਛੇਤੀ ਚੱਕ ਲਓ, ਲੇਟ ਹੁੰਦੇ ਆ, ਟਾਈਮ ਹੋ ਗਿਆ। ਇੱਕ ਵਾਰੀ ਜਦੋਂ ਨਬਜ ਖਲੋਗੀ, ਚੱਕ ਲਓ ਜੱਗ ਤੋਂ ਹੋ ਗਈ, ਹੀਰਿਆ ਫਿਰ ਭੋਗੀ ਕੀ ਭੋਗੀ ਜੀਵਨ ਧਾਰਾ ਹੋਏ, ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਹੋਏ। ਆਹ ਕਬੱਡੀ ਦਾ ਨੰਬਰ ਬੜਾ ਵਧੀਆ ਹੈ, ਇਹ ਹੀਰਾ ਪੁਆਇੰਟ ਲੈ ਕੇ ਵਾਪਸ ਆ ਗਿਆ ਹੈ। ਅਬਦੁਲ ਦੀ ਰੇਡ ਪੈ ਰਹੀ ਹੈ, ਅਬਦੁਲ ਕਬੱਡੀ ਹੈ ਨਾ ਜਿਹੜੀ ਸਾਡੀ ਪੰਜਾਬੀਆਂ ਦੀ, ਇਹਦੇ ਵਿੱਚ ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਕੋਈ ਊਚ ਨੀਚ ਨਹੀਂ,
ਇਹ ਸਾਰੇ ਧਰਮਾਂ ਦੀ ਸਾਂਝੀ ਹੈ ਮੇਰੇ ਪੰਜਾਬੀ ਵੀਰੋ। ਆਹ ਦੇਖੋ, ਇੱਕ ਮੁੰਡਾ ਮੁਸਲਮਾਨਾਂ ਦਾ ਹੈ, ਇੱਕ ਮੁੰਡਾ ਪੰਡਤਾਂ ਦਾ ਹੈ। ਮਾਰੋ ਤਾੜੀ ਦੋਨਾਂ ਦੇ ਲਈ। ਇਹ ਕਬੱਡੀ ਦੇ ਵਿੱਚ ਕੋਈ ਜਾਤ ਪਾਤ ਭੇਦਭਾਵ ਨਹੀਂ ਹੈ, ਇਹ ਪੰਜਾਬ ਦੀ ਮਾਂ ਖੇਡ ਕਬੱਡੀ ਹੈ। ਮੈਡਮ ਰਬੀਨਾ ਜੀ, ਆਪਕੋ ਪੰਜਾਬੀ ਆਤੀ ਹੈ, ਹਿੰਦੀ ਆਤੀ ਹੈ ਕਿਆ? ਔਰ ਆਪਕੋ ਬਤਾ ਦੀਏ ਜੀ, ਹਮਾਰੇ ਪੰਜਾਬ ਕੀ ਕਬੱਡੀ ਖੇਡ ਹੈ ਨਾ, ਜੋ ਇਸਮੇ ਸਭੀ ਧਰਮੋ ਕੇ ਲੀਏ ਇੱਕ ਸਮਾਨਤਾ ਮਿਲਤੀ ਹੈ, ਕਿਸੀ ਸੇ ਕੋਈ ਫਰਕ ਨਹੀਂ। ਔਰ ਇੱਕ ਥਾ ਜੋ ਮੁਸਲਮਾਨੋ ਕਾ ਲੜਕਾ ਖੇਡ ਰਹਾ ਥਾ, ਯਹੀ ਜੋ ਪਿਛਲਾ ਕੈਚ ਲਗਾ ਥਾ, ਔਰ ਇੱਕ ਪੰਡਤੋਂ ਕਾ ਮੁੰਡਾ ਥਾ, ਔਰ ਜੇ ਸਰਦਾਰੋਂ ਕੀ ਗੇਮ ਹੈ, ਇਸਮੇ ਸਭੀ ਖੇਲਤੇ ਹੈ। ਔਰ ਆਪ ਵੀ ਖੇਲਤੇ ਹੋ ਕਬੱਡੀ, ਨੈਸ਼ਨਲ ਕਬੱਡੀ? ਕਿਆ ਬਾਤਾਂ ਨੇ ਮੈਡਮ ਰਬੀਨਾ ਜੀ, ਤਾੜੀ ਮਾਰ ਦਿਓ ਮੈਡਮ ਦੇ ਵਾਸਤੇ। ਕਿਆ ਬਾਤਾਂ ਨੇ, ਤਾੜੀਆਂ ਹੁਣ ਮੈਡਮ ਆਖਿਆ, ਫਿਰ ਤਾਂ ਵੱਧ ਮਾਰ ਦਿਆ ਕਰੋ ਯਾਰ। ਇਹ ਖੁਸ਼ ਹੋ ਕੇ ਜਾਣ ਵੀ, ਬਾਕੀ ਪੰਜਾਬੀਆਂ ਨੇ ਟੂਰਨਾਮੈਂਟ ਕਬੱਡੀ ਖੇਡ ਮੇਲਾ ਕਰਵਾਇਆ। ਆਓ ਸਾਹਮਣੇ ਜਹਾਜ਼, ਇੱਕ ਪਾਸੇ ਜਵਰਾਜ ਸਿੰਘ ਜਹਾਜ਼, ਇਹ ਖਿੱਚ ਵੀ ਬਾਈ ਫੋਟੋ ਕੈਮਰੇ ਵਾਲਿਆ, ਆਹ ਮੁੰਡੇ ਦੇ ਜੱਫੇ ਦੀ ਫੋਟੋ ਖਿੱਚ। ਇਹ ਜਹਾਜ਼ ਹੈ ਜਿਹੜਾ ਪੁਆਇੰਟ ਇਸ ਵੇ ਆਪਣੀ ਟੀਮ ਦੇ ਵਾਸਤੇ ਜੁੜਦਾ ਹੋਇਆ। ਔਰ ਸਾਡੇ ਹਮਾਰੇ ਹਰਪਿੰਦਰ ਵੀਰ ਜੀ ਕੇ ਬਹੁਤ ਖਾਸ ਦੋਸਤ ਮਿੱਤਰ ਰਾਜ ਛਾਬੜਾ ਜੀ, ਔਰ ਉਹਨਾਂ ਦੇ ਸਤਿਕਾਰਯੋਗ ਮੈਡਮ ਜੋਤੀ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੈ, ਬਹੁਤ ਬਹੁਤ ਧੰਨਵਾਦ ਬਾਈ। ਹੁਣ ਰੀਮੈਕਸ ਚੱਲਦੀ ਹੈ, ਨਾ ਹਿੰਦੀ ਨਾ ਪੰਜਾਬੀ ਨਾ ਅੰਗਰੇਜ਼ੀ, ਕਿ ਨਹੀਂ ਅੰਕਲ ਜੀ? ਆਪਾਂ ਸਾਰੇ ਧਰਮਾਂ ਨਾਲ ਇੱਕੋ ਜੀ ਗੱਲ ਕਰ ਰਹੇ ਹਾਂ, ਨਾਲੇ ਆਪਾਂ ਨੂੰ ਪਤਾ ਹੀ ਹੈ, ਮੈਂ ਮਲੇਸ਼ੀਆ ਗਿਆ, ਉੱਥੇ ਚੈਨੀ ਲੋਕ ਮਿਲੇ, ਉਹ ਜਾਇਜਾ ਵਾਲਾ ਕਰਦੇ ਆ ਹੈ ਨਾ, ਅਤੇ ਆਪਾਂ ਨੂੰ ਪੰਜਾਬੀ ਆਉਂਦੀ ਹੈ, ਅਤੇ ਆਪਾਂ ਫਿਰ ਉਵੇਂ ਆਪਾਂ ਜੇ ਕਰਨ ਲੱਗੇ ਜਾ ਜਾ। ਇੱਕ ਬੇਨਤੀ ਹੈ ਬਈ, ਇੱਧਰ ਜੋ ਚੌਲਾਂ ਦੀ ਸੇਵਾ ਚੱਲ ਰਹੀ ਹੈ ਨਾ, ਪਿਆਰ ਨਾਲ ਸਾਰੇ ਵੀਰ ਆਓ, ਸੇਵਾਦਾਰ ਬਾਬਾ ਜੱਸਾ ਸਿੰਘ ਜੀ, ਪਿਆਰ ਨਾਲ ਸੰਗਤ ਨੂੰ ਵਰਤਾਉਣਾ ਹੈ, ਕਿਉਂਕਿ ਗੁਰੂ ਕਾ ਲੰਗਰ ਹੈ। ਧੰਨ ਧੰਨ ਬਾਬਾ ਬਿਧੀ ਚੰਦ ਜੀ, ਗੁਰੂ ਦਾ ਸੀਨਾ, ਠੀਕ ਹੈ ਨਾ? ਇਹ ਬਾਬਾ ਜੀ ਵੱਲੋਂ, ਬਾਬਾ ਜੀ ਦੇ ਸੇਵਾਦਾਰ ਵੀ ਜੋ ਕਿ ਬਾਬਾ ਜੱਸਾ ਸਿੰਘ ਜੀ ਇਸ ਸਮੇਂ ਸੇਵਾ ਕਰ ਰਹੇ ਨੇ, ਬਾਬਾ ਜੀ ਦੇ ਖਾਸ ਸੇਵਾਦਾਰ ਹੈ। ਸੰਪਰਦਾਇ ਬਾਬਾ ਦਲ ਬਾਬਾ ਬਿਧੀ ਚੰਦ ਜੀ, ਜੋ ਕਿ ਸਾਡੇ ਸਤਿਕਾਰਯੋਗ ਵੈਏ ਜਿੰਨੇ ਵੀ ਪੰਜਾਬੀ ਸਿੰਘ ਹੈ ਇੱਥੇ, ਕਾਲਮ ਬੋਲੀ ਦਾ ਜਥਾ ਜੋ ਬੜੀ ਵਧੀਆ ਪਿਆਰੀ ਸੇਵਾ ਕਰ ਰਿਹਾ, ਇੱਕ ਵਾਰ ਫਿਰ ਤੋਂ ਧੰਨਵਾਦ ਹੈ। ਬਾਬਾ ਅਵਤਾਰ ਸਿੰਘ ਜੀ ਜੋ ਕਿ ਮੁਖੀ ਨੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ, ਔਰ ਇੱਥੇ ਕਾਲਮ ਬੋਲੀ ਦੇ ਵਿੱਚ ਜਿੰਨੇ ਸਿੰਘ ਰਹਿੰਦੇ ਹੈ ਉਹਨਾਂ ਵੱਲੋਂ ਚਾਹ ਦੀ ਸੇਵਾ ਅਤੇ ਲੰਗਰ ਦੀ ਸੇਵਾ, ਪਾਣੀ ਦੀ ਸੇਵਾ ਇੱਧਰ ਲਗਾਈ ਜਾ ਰਹੀ ਹੈ। ਔਰ ਸਾਰੇ ਜਿਨ੍ਹਾਂ ਨੇ ਛਕਣਾ ਨਾ ਬਾਈ, ਆਰਾਮ ਨਾਲ ਪਿਆਰ ਨਾਲ ਛਕਿਓ, ਉਹਨਾਂ ਕੀ ਛਕਿਓ ਜਿੰਨੀ ਕੁ ਜ਼ਰੂਰਤ ਹੈ, ਨਹੀਂ ਫਿਰ ਆਸੇ ਪਾਸੇ ਨਾ ਸਿੱਟਿਓ, ਇਹ ਗੁਰੂ ਕਾ ਲੰਗਰ ਹੈ, ਕਿਉਂ ਨਹੀਂ ਜੀ? ਸਹੀ ਹੈ। ਆਓ ਸਾਹਮਣੇ ਇੱਧਰ ਮੋਨੂ ਅਤੇ ਦੀਪ, ਦੀਪ ਅਤੇ ਮੋਨੂ, ਕਬੱਡੀ ਦਾ ਜੱਫਾ ਜੇ ਤਾਂ ਮੋਨੂ ਲਾਤਾ ਹੈ, ਮੈਨੂੰ ਲੱਗਦਾ ਮੁੰਡਾ ਭੱਜੂਗਾ, ਭੱਜੂਗਾ, ਇਹਨੇ ਭੱਜ ਜਾਣਾ ਭੱਜ। ਸਮਾਂ ਹੋ ਗਿਆ ਜੀ, ਅਗਲੀਆਂ ਟੀਮਾਂ ਆਓ ਜੀ। ਹਾਂਜੀ, ਕੀ ਹੋ ਗਿਆ?
ਅਗਲੀਆਂ ਟੀਮਾਂ ਜੀ ਟੀ ਬੀ ਵਰਸਸ ਖਾਰਗਰ, ਜੀ ਟੀ ਬੀ ਤੇ ਖਾਰਗਰ ਦੀ ਟੀਮ ਗਰਾਊਂਡ ਦੇ ਵਿੱਚ ਆਓ ਜੀ। ਕਬੱਡੀ ਵਾਲਿਓ ਆ ਜਾਓ ਮਿੱਤਰੋ, ਮੈਦਾਨੇ ਮਿੱਤਰੋ ਆਓ ਸਾਹਮਣੇ, ਕਹਿੰਦੇ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਆਵੇ ਗੱਭਰੂ ਹੈ ਪਾ ਅਗਲੀ ਕਬੱਡੀ। ਉਹ ਰੇਡ ਪਾ ਬਈ, ਇਹ ਕੌਡੀ ਖੇਡਣੀ ਸੌਖੀ ਨਹੀਂ, ਸੱਪ ਦੀ ਸਰੀ ਤੋਂ ਰੋਡ ਚੱਕਣ ਵਾਲੀ ਗੱਲ ਹੈ। ਜਿੱਦਾਂ ਟਰਾਲਿਆਂ ਦੇ ਪਿੱਛੇ ਡਰਾਈਵਰ ਵੀਰ ਲਿਖਾਉਂਦੇ ਹਨ ਕਿ ਸੌਖੀ ਨਹੀਂ ਡਰਾਈਵਰੀ ਵੱਲੋਂ, ਪੈਂਦੇ ਸੱਪ ਦੀ ਸਰੀ ਤੋਂ ਰੋਡ ਚੱਕਣੇ। ਵੀਰ ਜੀ ਕਬੱਡੀ ਵੀ ਉਦਾਂ ਦੀ ਹੈ, ਸੌਖੀ ਨਹੀਂ ਕਬੱਡੀ ਖੇਡਣੀ, ਪੈਂਦੇ ਸੱਪ ਦੀ ਸਰੀ ਤੋਂ ਰੋਡ ਚੱਕਣੇ। ਆਓ ਹੀਰੇ ਦੀ ਰੇਡ ਮੈਦਾਨ ਵਿੱਚ ਪੈਂਦੀ ਹੈ, ਇੱਕ ਪਾਸੇ ਚਾਰ ਜਾਫੀ ਹੈ। ਅਗਲੀਆਂ ਟੀਮਾਂ ਜੀ ਟੀ ਬੀ ਵਰਸਸ ਖਾਰਗਰ, ਦੋਨੇ ਟੀਮਾਂ ਨੂੰ ਲਾਸਟ ਬੇਨਤੀ ਹੈ, ਨਹੀਂ ਦੋਨੇ ਟੀਮਾਂ ਕਰ ਦਿੱਤੀਆਂ ਜਾਣਗੀਆਂ। ਜਲਦੀ ਗਰਾਊਂਡ ਵਿੱਚ ਆਓ ਜੀ, ਮੈਚ ਹੋ ਗਿਆ ਸਮਾਪਤ। ਇਸ ਮੈਚ ਦੇ ਵਿੱਚੋਂ ਕਾਲਮ ਬੋਲੀ ਜਿੱਤ ਗਈ ਹੈ ਜੀ, ਕਾਲਮ ਬੋਲੀ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ। ਲਵੀ ਵਿਦੇਸ਼ਾ, ਜੀ ਟੀ ਬੀ ਅਤੇ ਖਾਰਗਰ ਦੋਨੇ ਟੀਮਾਂ ਆਈਆਂ ਨਹੀਂ, ਉਹਨਾਂ ਨੂੰ ਕਹਿ ਵੀਰੇ ਵੀ ਜਲਦੀ ਆ ਜਾਓ।